ਸੁਨੰਦਾ, ਸਭ ਤੋਂ ਪਹਿਲਾਂ ਤਾਂ ਫਾਈਵ ਵਿਡੋ 'ਚ ਤੁਹਾਡਾ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਜੀ। ਅੱਛਾ, ਕਿਵੇਂ ਪੈ ਰਹੇ ਪਟਾਕੇ ਅੱਜ ਕੱਲ੍ਹ? ਮਜ਼ਾ ਆ ਰਿਹਾ? ਬਹੁਤ ਮਜ਼ਾ ਆ ਰਿਹਾ ਜੀ, ਬਹੁਤ ਵਧੀਆ ਲੱਗ ਰਿਹਾ। ਜਿਹੜੀ ਸਫਲਤਾ ਮਿਲੀ ਆ, ਲੋਕ ਫੂਡ ਮਾਰਕ ਚਵਾ ਰਹੇ ਨੇ, ਆਸੇ ਪਾਸੇ ਘੇਰਾ ਵੱਡਾ ਹੋ ਗਿਆ, ਕਿੱਦਾਂ ਮਹਿਸੂਸ ਹੋ ਰਿਹਾ? ਬਹੁਤ ਜ਼ਿਆਦਾ ਵਧੀਆ ਲੱਗ ਰਿਹਾ, ਕਿਉਂਕਿ ਮੇਰੇ ਖਿਆਲ ਨਾਲ ਫੇਮ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਸਾਰਿਆਂ ਨੂੰ ਵਧੀਆ ਲੱਗਦੀ ਹੈ, ਪਸੰਦ ਆਉਂਦੀ ਆ, ਸੋ ਲਾਈਫ ਨੇ ਇੱਕ ਨਵਾਂ ਚੇਂਜ ਲਿਆ, ਸੋ ਬਹੁਤ ਵਧੀਆ ਲੱਗ ਰਿਹਾ। ਅੱਛਾ ਸੁਨੰਦਾ, ਆਪਾਂ ਗੱਲ ਕਰਾਂਗੇ ਤੁਹਾਡੇ ਗੀਤਾਂ ਦੀ। ਜਿਹੜੇ ਤੁਸੀਂ ਤੁਹਾਡੇ ਦੋ ਗੀਤ ਆਏ ਨੇ ਜੀ, ਜਿਹੜਾ ਹੁਣ ਨਵਾਂ ਪਟਾਕੇ ਤੁਸੀਂ ਪਾ ਰਹੇ ਹੋ, ਇਸ 'ਤੇ ਵੀ ਜੀ ਆਵਾਂਗੇ, ਪਰ ਮੈਂ ਚਾਹੁੰਦਾ ਥੋੜ੍ਹਾ ਜਿਹਾ ਇਸ ਤੋਂ ਪਹਿਲਾਂ ਸੰਖੇਪ ਦੇ ਵਿੱਚ ਆਪਣੀ ਪਰਿਵਾਰਕ ਬੈਕਗ੍ਰਾਉਂਡ ਦਰਸ਼ਕਾਂ ਨਾਲ ਥੋੜ੍ਹੀ ਤੁਸੀਂ ਸਾਂਝੀ ਕਰੋ। ਜੀ, ਮੈਂ ਬਿਲੋਂਗ ਕਰਦੀ ਹਾਂ ਫਤਿਹਗੜ੍ਹ ਛੂੜੀਆਂ, ਡਿਸਟ੍ਰਿਕਟ ਗੁਰਦਾਸਪੁਰ, ਅਤੇ ਮੇਰੀ ਫੈਮਿਲੀ ਦੇ ਵਿੱਚ ਮੰਮਾ ਪਾਪਾ, ਮੈਂ ਔਰ ਵੱਡੀ ਸਿਸਟਰ ਔਰ ਵੱਡਾ ਬ੍ਰਦਰ ਦੋਨੋਂ ਮੈਰਿਡ ਨੇ, ਮੈਂ ਸਭ ਤੋਂ ਛੋਟੀ ਹਾਂ, ਸੋ ਛੋਟਾ ਜਿਹਾ ਪਰਿਵਾਰ ਹੈ ਸਾਡਾ, ਇੰਨੀ ਕੁ ਬੈਕਗ੍ਰਾਉਂਡ ਹੈ ਮੇਰੀ। ਗਾਇਕੀ ਦਾ ਜਿਹੜਾ ਸ਼ੌਂਕ ਆ, ਇਹ ਕਿੱਥੋਂ ਉਪਜਿਆ? ਗਾਇਕੀ ਵੈਸੇ ਮੇਰੇ ਖਿਆਲ ਨਾਲ ਮਿਊਜ਼ਿਕ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਹਰ ਇੱਕ ਇਨਸਾਨ ਨੂੰ ਰਿਲੈਕਸੇਸ਼ਨ ਦਿੰਦੀ ਆ, ਪਸੰਦ ਹੁੰਦੀ ਹੈ ਚੀਜ਼। ਮੈਨੂੰ ਵੈਸੇ ਹੀ ਗੁਣਗੁਣਾਉਣ ਦਾ ਸ਼ੌਂਕ ਸੀਗਾ, ਸ਼ੁਰੂ ਤੋਂ ਹੀ ਮੈਂ ਗੁਣਗੁਣਾਉਂਦੀ ਰਹਿੰਦੀ ਸੀ, ਜਿਹੜੀ ਚੀਜ਼ ਸੁਣਦੀ ਸੀ ਉਹਨੂੰ ਆਪ ਲਾਈਕ ਗਾਉਣਾ ਕਰਨਾ, ਇੰਨਾ ਕੀ ਸੀਗਾ। ਬਟ ਕਦੇ ਪ੍ਰੋਫੈਸ਼ਨਲੀ ਇਸ ਚੀਜ਼ ਨੂੰ ਨਹੀਂ ਸੋਚਿਆ ਸੀ ਕਿ ਮੈਂ ਐਜ਼ ਅ ਸਿੰਗਰ ਕਦੇ ਵੀ ਇੰਡਸਟਰੀ 'ਚ ਐਂਟਰ ਕਰਾਂਗੀ, ਇਸ ਚੀਜ਼ ਨੂੰ ਕਦੇ ਵੀ ਆਪਣੇ ਮਨ 'ਚ ਲੈ ਕੇ ਨਹੀਂ ਸੀ ਆਈ। ਇਹ ਪਰਮਾਤਮਾ ਦੀ ਮਿਹਰ ਹੋਈ ਆ ਕਿ ਸਾਰੇ ਲੋਕਾਂ ਨੇ ਪਸੰਦ ਕੀਤਾ ਅਤੇ ਅੱਜ ਇੱਥੇ ਬੈਠੀ ਹਾਂ। ਅੱਛਾ, ਤੁਹਾਡੀ ਆਵਾਜ਼ ਦੇ ਨਾਲ ਨਾਲ ਜਿਹੜਾ ਤੁਹਾਡਾ ਤੁਸੀਂ ਤੁਹਾਡੀ ਡਰੈਸਿੰਗ ਸੈਂਸ ਖਾਸ ਤੌਰ 'ਤੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ, ਜੀ ਸਪੈਸ਼ਲੀ ਤੁਹਾਡਾ ਭੰਗੜਾ। ਜੀ, ਇਹ ਭੰਗੜਾ ਸਿੱਖਿਆ ਜਾਂ ਇੱਦਾਂ ਹੀ ਨਾਲ ਨਾਲ ਚੱਲਦਾ ਆ ਰਿਹਾ? ਨਹੀਂ, ਸਿੱਖਿਆ ਤਾਂ ਕਦੇ ਵੀ ਨਹੀਂ ਹੈ, ਕਦੇ ਸੋਚਿਆ ਹੀ ਨਹੀਂ ਸੀ। ਭੰਗੜਾ ਤਾਂ ਨੋਰਮਲੀ ਨੈਚੁਰਲੀ ਆ ਜਾਂਦਾ, ਜਿੱਥੇ ਵੀ ਕੋਈ ਬੀਟ ਚੱਲ ਰਹੀ ਹੋਏ ਉੱਦਾਂ ਹੀ ਨੱਚਣ ਟੱਪਣ ਨੂੰ ਮਨ ਕਰ ਆਉਂਦਾ, ਪਰ ਕਦੇ ਸਿੱਖਿਆ ਨਹੀਂ ਇਹਨੂੰ। ਸਿੱਖਿਆ ਨਹੀਂ ਜੀ, ਪਰ ਫਿਰ ਵੀ ਤੁਸੀਂ ਬਹੁਤ ਵਧੀਆ ਭੰਗੜਚੀ ਭੰਗੜਚੀ ਹੋ ਜੀ, ਥੈਂਕ ਅੱਛਾ ਯੂ। ਸੁਣਨਾ ਕਿਹਨੂੰ ਪਸੰਦ ਕਰਦੇ? ਜੇ ਤੁਹਾਡੇ ਸ਼ੌਂਕ ਦੀ ਪਹਿਲਾਂ ਆਪਾਂ ਸ਼ੌਂਕਾਂ ਦੀ ਗੱਲ ਕਰਦੇ ਹਾਂ, ਜੀ ਕਿਸ ਤਰੀਕੇ ਦਾ ਸ਼ੌਂਕ ਜਿਹੜਾ ਤੁਸੀਂ ਰੱਖਦੇ ਹੋ? ਮੈਨੂੰ ਪੜ੍ਹਨ ਦਾ ਸ਼ੌਂਕ ਆ, ਸੁਣਨ ਦੇ ਵਿੱਚ ਮੈਂ ਸੁਰਿੰਦਰ ਕੌਰ ਜੀ ਨੂੰ, ਨੁਸਰਤ ਫਤਿਹ ਅਲੀ ਖਾਨ ਜੀ ਨੂੰ, ਬਾਕੀ ਮੈਂ ਪਾਕਿਸਤਾਨੀ ਸਿੰਗਰਸ ਨੂੰ ਬਹੁਤ ਸੁਣਦੀ ਹਾਂ, ਸੋ ਸ਼ੌਂਕ ਮੇਰੇ ਕੁਝ ਜ਼ਿਆਦਾ ਉਹ ਵੱਡੇ ਨਹੀਂ ਹੈ। ਬਸ ਜਦੋਂ ਵੀ ਕੋਈ ਜਿਹੜੀ ਚੀਜ਼ ਦਾ ਮਨ ਕਰੇ ਉਦੋਂ ਕਰ ਲੈਂਦੀ, ਕੋਈ ਪੱਕੀ ਹੈਬਿਟ ਨਹੀਂ ਰੱਖੀ ਕਿ ਜਿਹਦੇ ਅਗਰ ਫ੍ਰੀ ਹਾਂ ਤਾਂ ਇਹੀ ਕੰਮ ਕਰਨਾ ਹੈ ਜਾਂ ਇੱਦਾਂ, ਜੋ ਜਿਸ ਤਰ੍ਹਾਂ ਦਾ ਮੂਡ ਹੋਵੇ, ਜਿਸ ਤਰ੍ਹਾਂ ਦਾ ਟਾਈਮ ਹੋਏ, ਆਪਣੇ ਆਪ ਨੂੰ ਉੱਦਾਂ ਢਾਲ ਲੈਂਦੀ ਹਾਂ। ਅੱਛਾ, ਮੈਂ ਕਿਤੇ ਸੁਣਿਆ ਸੀ ਤੁਸੀਂ ਮਨਮੋਹਨ ਮਾਰਸ ਦੇ ਬਹੁਤ ਵੱਡੇ ਪ੍ਰਸ਼ੰਸਕ ਹੋ। ਜੀ ਬਿਲਕੁਲ, ਮੈਨੂੰ ਫੋਲੋ ਕਰਦੇ ਹੋ ਉਹਨਾਂ ਨੂੰ ਤੁਸੀਂ? ਬਿਲਕੁਲ ਫੋਲੋ ਕਰਦੀ ਹਾਂ, ਮੈਨੂੰ ਵਧੀਆ ਲੱਗਦੇ ਨੇ, ਉਹਨਾਂ ਦੀਆਂ ਗੱਲਾਂ ਵਧੀਆ ਲੱਗਦੀਆਂ, ਉਹਨਾਂ ਦਾ ਅੰਦਾਜ਼ ਵਧੀਆ ਲੱਗਦਾ, ਸੋ ਵਧੀਆ ਲੱਗਦਾ ਮੈਨੂੰ। ਜਿਹੜੇ ਤੁਹਾਡੇ ਗੀਤ ਆਏ ਨੇ, ਗੀਤਾਂ ਦੀ ਚੋਣ ਤੁਸੀਂ ਖੁਦ ਕਰਦੇ ਹੋ ਜਾਂ ਕੰਪਨੀ ਕਰਦੀ ਆ? ਨਹੀਂ ਜੀ, ਇਹ ਸਾਰਾ ਟੀਮ ਵਰਕ ਆ, ਜਿੱਦਾਂ ਤੁਸੀਂ ਮੇਰੇ ਸੂਟਸ ਦੀ ਗੱਲ ਕੀਤੀ, ਡਰੈਸਿੰਗ ਸੈਂਸ ਦੀ ਗੱਲ ਕੀਤੀ, ਜੋ ਕੁਛ ਵੀ ਵਟ ਐਵਰ ਯੂਜ਼ ਹੁੰਦਾ ਇੱਕ ਵੀਡੀਓ ਦੇ ਵਿੱਚ, ਗਾਣੇ ਦੇ ਵਿੱਚ, ਇਹ ਸਾਰਾ ਸਾਡਾ ਟੀਮ ਵਰਕ ਹੁੰਦਾ। ਗਾਣਾ ਵੀ ਜਿਹੜਾ ਹੈ ਟੀਮ ਹੀ ਸਿਲੈਕਟ ਕਰਦੀ ਆ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਵਧੀਆ ਆ, ਕਿਹੜੀ ਨਹੀਂ ਵਧੀਆ, ਇਹ ਉਹਨਾਂ ਦੇ ਹੱਥ 'ਚ ਆ। ਮੇਰਾ ਸਿਰਫ ਇੱਕ ਹੀ ਕੰਮ ਹੈ ਕਿ ਮੈਂ ਗਾਉਣਾ, ਦੈਟਸ ਇਟ। ਚਲੋ, ਇਸ ਤੋਂ ਪਹਿਲਾਂ ਆਪਾਂ ਗੱਲ ਕਰੀਏ, ਤੁਹਾਡਾ ਅੱਜ ਕੱਲ੍ਹ ਗਾਣਾ ਚੱਲ ਰਿਹਾ ਪਟਾਕੇ, ਪਹਿਲਾਂ ਤਾਂ ਉਹਦੀ ਸਫਲਤਾ ਲਈ ਤੁਹਾਨੂੰ ਮੁਬਾਰਕਾਂ। ਮੈਂ ਥੈਂਕ ਯੂ ਚਾਹੁੰਦਾ ਸੋ ਇੱਕ ਮਚ ਅੰਤਰਾ ਤੁਸੀਂ ਫਾਈਵ ਵੁੱਡ ਦੇਖਣ ਵਾਲਿਆਂ ਨਾਲ ਵੀ ਸਾਂਝਾ ਕਰੋ। ਜੀ, ਸੋ ਕੁੜੀ, ਇਹ ਆਪਸ 'ਚ ਦੋ ਕੁੜੀਆਂ ਦੀ ਗੱਲ ਕੀਤੀ, ਦੋ ਕੁੜੀਆਂ ਆਪਸ 'ਚ ਗੱਲ ਕਰਦੀਆਂ ਉਸ ਮੁੰਡੇ ਬਾਰੇ ਕਿ ਉਹ ਕੀ ਕਹਿੰਦੀ ਹੈ। ਹੋ ਬਾਪੂ ਦੀ ਬਣਾਈ 25 ਕਿੱਲੇ ਪੈਲੀ ਹੈ, 5 ਕਿੱਲੇ ਕੱਲ ਹੋਰ ਗਹਿਣੇ ਲੈ ਲਈਏ। ਬਾਪੂ ਦੀ ਬਣਾਈ 25 ਕਿੱਲੇ ਪੈਲੀ ਹੈ, 5 ਕਿੱਲੇ ਕੱਲ ਹੋਰ ਗਹਿਣੇ ਲੈ ਲਈਏ। ਕਹਿੰਦਾ ਸਵਰਾਜ ਨਾਲ ਗੰਨਾ ਢੋਈ ਦੇ ਵੇਲੀ, ਅਰਜਣ ਰੱਖੇ ਆਏ ਪੇਚੇ ਪਾਉਣ ਨੂੰ, ਘੁੰਮਣ ਕਮਾਉਣ ਨੂੰ ਤੇ ਥਾਰ ਰੱਖੀ ਹੈ, ਬੁਲਟ ਤਾਂ ਰੱਖੇ ਹੈ ਪਟਾਕੇ ਪਾਉਣ ਨੂੰ। ਅੱਛਾ, ਤੁਸੀਂ ਦੋ ਗੱਲਾਂ ਜਿਹੜੀਆਂ ਹੁਣ ਆਪਾਂ ਇੰਟਰਵਿਊ ਜਿਹੜੀ ਹੁਣ ਤੱਕ ਕੀਤੀਆਂ, ਤੁਸੀਂ ਮਨਮੋਹਨ ਮਾਰਸ ਦੇ ਬੜੇ ਵੱਡੇ ਫੈਨ, ਤੁਸੀਂ ਆਪ ਕਿਹਾ,
ਤੁਸੀਂ ਬਹੁਤ ਵੱਡੇ ਵੱਡੇ ਸਿੰਗਰਾਂ ਦੇ ਨਾਮ ਲਏ ਨੇ ਜੀ, ਵੀ ਮੈਂ ਉਹਨਾਂ ਨੂੰ ਸੁਣਦੀ ਹਾਂ, ਜੀ ਤੁਹਾਡੇ ਦੋ ਗਾਣੇ ਆਏ ਨੇ ਪਟਾਕੇ ਜੀ, ਅਤੇ ਇੱਕ ਤੁਹਾਡਾ ਪਹਿਲਾਂ ਗਾਣਾ ਆਇਆ ਸੀ ਜਿਹੜਾ ਬਿੱਲੀ ਅੱਖ, ਜੀ ਆਪਾਂ ਇਹਨਾਂ 'ਤੇ ਗੱਲ ਕਰਾਂਗੇ। ਇੱਥੋਂ ਦੋ ਤਿੰਨ ਸਵਾਲ ਮੇਰੇ ਮਨ 'ਚ ਜਿਹਨ 'ਚ ਆਏ ਨੇ ਉਹਨਾਂ 'ਤੇ ਗੱਲ। ਤੁਸੀਂ ਕਾਲਜ ਪੜ੍ਹੇ ਹੋ ਹੈ ਨਾ, ਸਕੂਲ ਜੀ ਪੜ੍ਹੇ ਹੋ, ਜੀ ਅੱਜ ਤੱਕ ਤੁਹਾਨੂੰ ਕਿਸੇ ਨੇ ਜਾਂ ਰਾਹ ਜਾਂਦੇ ਨੂੰ ਤੁਸੀਂ ਤੁਹਾਨੂੰ ਕਿਸੇ ਮੁੰਡੇ ਨੇ ਛੇੜਿਆ ਅੱਜ ਤੱਕ? ਨਹੀਂ, ਇੱਦਾਂ ਕਦੇ ਵੀ ਨਹੀਂ ਹੋਇਆ, ਕਦੇ ਨਹੀਂ ਹੋਇਆ, ਸੀਰੀਅਸਲੀ ਕਦੇ ਨਹੀਂ ਹੋਇਆ। ਕਦੇ ਤੁਹਾਡੇ ਅੱਗੇ ਕੋਈ ਮੁੰਡਾ ਪਟਾਕੇ ਪਾ ਕੇ ਲੰਘ ਗਿਆ ਬੁਲਟ ਤੋਂ? ਨਹੀਂ, ਮੇਰੇ ਨਾਲ ਇੱਦਾਂ ਦੇ ਕਦੀ ਹੋਇਆ ਨਹੀਂ ਕੋਈ। ਜੀ, ਤੁਹਾਡੇ ਦੋ ਗਾਣੇ ਆਏ, ਤੁਸੀਂ ਬਹੁਤ ਵੱਡੇ ਵੱਡੇ ਫਨਕਾਰਾਂ ਦੇ ਜਿਹਨਾਂ ਨੂੰ ਦੁਨੀਆ ਫੋਲੋ ਕਰਦੀ ਉਹਨਾਂ ਦੇ ਨਾਮ ਲਏ ਨੇ ਜੀ। ਪੰਜਾਬ ਦੇ ਵਿੱਚ ਤੁਸੀਂ ਮਨਮੋਹਨ ਵਾਰਸ ਨਾਲ ਆ ਜੀ, ਪਰ ਤੁਹਾਡੀ ਸੋਚ ਕਦੇ ਵੀ ਉਹਨਾਂ ਦੇ ਹਾਣਦੀ ਨਹੀਂ, ਤੁਹਾਡੇ ਗੀਤਾਂ ਦੇ ਵਿੱਚ ਉਹਨਾਂ ਦੀ ਝਲਕਦੀ ਨਹੀਂ ਕਿਤੇ। ਤੁਸੀਂ ਮਨਮੋਹਨ ਵਾਰਸ ਨੂੰ ਸੁਣਿਆ ਇੱਦਾਂ ਦੇ ਗੀਤ ਗਾਉਂਦੇ ਜਿੱਦਾਂ ਤੁਸੀਂ ਗੀਤ ਗਾਏ ਨੇ? ਨਹੀਂ, ਇੱਕ ਟਾਈਪ ਹੁੰਦੀ ਹੈ ਹਰ ਇੱਕ ਇਨਸਾਨ ਦਾ, ਇੱਕ ਆਪਣਾ ਇੱਕ ਤਰੀਕਾ ਹੁੰਦਾ ਉਹ ਕਿਸ ਤਰ੍ਹਾਂ ਗਾਉਂਦੇ ਨੇ ਕਿਸ ਤਰ੍ਹਾਂ ਨਹੀਂ। ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਅਸੀਂ ਜੋ ਵੀ ਕੁਛ ਗਾਉਂਦੇ ਹਾਂ ਜਾਂ ਲਾਈਕ ਜੋ ਵੀ ਮੇਰਾ ਕੋਈ ਵੀ ਪ੍ਰੋਜੈਕਟ ਹੁੰਦਾ, ਇਹ ਸਾਰਾ ਟੀਮ ਵਰਕ ਹੁੰਦਾ। ਜਿੱਦਾਂ ਕਿ ਸਾਰੇ ਲੋਕਾਂ ਨੂੰ ਪਤਾ ਹੈ ਮੇਰੀ ਐਂਟਰੀ ਇਸ ਇੰਡਸਟਰੀ 'ਚ ਕਿਹੜੇ ਤਰੀਕੇ ਨਾਲ ਹੋਈ ਆ। ਸੋ ਮੈਂ ਮੇਰੀ ਤਾਂ ਮੈਨੂੰ ਤਾਂ ਇੰਨੀ ਸਮਝ ਨਹੀਂ ਕਿ ਮੈਂ ਆਪਣੇ ਤਰੀਕੇ ਨਾਲ ਕੋਈ ਵੀ ਕਰ। ਪੜ੍ਹੇ ਲਿਖੇ ਹੋ, ਤੁਸੀਂ ਆਪਣੇ ਆਪ ਨੂੰ ਸਮਝਦਾਰ ਨਹੀਂ ਮੰਨਦੇ? ਨਹੀਂ ਨਹੀਂ ਸਮਝਦਾਰ ਹਾਂ, ਬਟ ਇਸ ਲਾਈਨ 'ਚ ਮੈਂ ਆਪਣੇ ਆਪ ਨੂੰ ਹਲੇ ਇੰਨੇ ਕਾਬਿਲ ਨਹੀਂ ਸਮਝਿਆ ਕਿ ਮੈਂ ਆਪ ਕਿਸੇ ਚੀਜ਼ ਦੀ ਸਿਲੈਕਸ਼ਨ ਕਰ ਸਕਾਂ ਕਿ ਇਹ ਵਾਲੀ ਚੀਜ਼ ਗਾਉਣੀ ਆ ਜਾਂ ਕਿੱਦਾਂ ਆ। ਬਟ ਕਿਉਂਕਿ ਪਰ ਦੂਜੀ ਗੱਲ ਇਹ ਆ ਕਿ ਜੇ ਗਾਣੇ ਦੀ ਗੱਲ ਕੀਤੀ ਜਾਏ ਤਾਂ ਗਾਣਿਆਂ ਦੇ ਵਿੱਚ ਮੇਰੇ ਖਿਆਲ ਨਾਲ, ਜੇ ਮੈਂ ਆਪਦੀ ਸੋਚ ਦੱਸਾਂ, ਤਾਂ ਅਸੀਂ ਖੁਦ ਲੋਕਾਂ ਨੂੰ ਫੋਲੋ ਕਰ ਰਹੇ ਹਾਂ ਕਿ ਲੋਕ ਕੀ ਡਿਮਾਂਡ ਕਰਦੇ ਆ ਜਾਂ ਲੋਕ ਕੀ। ਅੱਜ ਕੱਲ੍ਹ ਸਭ ਨੂੰ ਪਤਾ ਕੀ ਦੌਰ ਚੱਲ ਰਿਹਾ ਪਟਾਕੇ ਦੀ ਅਗਰ ਗੱਲ ਕਿੱਦਾਂ ਦਾ ਦੌਰ ਚੱਲ ਰਿਹਾ ਅੱਜ ਕੱਲ੍ਹ ਸਾਰਿਆਂ ਨੂੰ, ਲਾਈਕ ਇੱਕ ਐਂਟਰਟੇਨਮੈਂਟ ਦੀ ਮੈਨੂੰ ਪਤਾ ਨਹੀਂ ਨਾ ਕਿੱਦਾਂ ਦਾ ਦੌਰ ਚੱਲ ਰਿਹਾ, ਮੈਂ ਜਾਣਨਾ ਚਾਹੁੰਦਾ ਕਿੱਦਾਂ ਦਾ ਦੌਰ ਚੱਲ ਰਿਹਾ। ਦੌਰ ਇਹੀ ਹੈ ਕਿ ਪਟਾਕੇ ਦੀ ਅਗਰ ਗੱਲ ਕੀਤੀ ਜਾਏ, ਸਾਰਿਆਂ ਨੂੰ ਪਤਾ ਮੁੰਡੇ ਪਟਾਕੇ ਪਾਉਂਦੇ ਆ ਕਿ ਹਾਂ ਬੁਲਟ ਤਾਂ ਉਹਨਾਂ ਨੂੰ ਅੱਜ ਕੱਲ੍ਹ ਹਰ ਇੱਕ ਨੂੰ ਕਰੇਜ਼ ਆ, ਠੀਕ ਹੈ ਉਹ ਠੀਕ ਹੈ ਬੁਲਟ ਨੂੰ ਲੈ ਕੇ ਚੱਲਦੇ ਫਿਰਦੇ ਆ, ਇੱਦਾਂ ਪਟਾਕੇ ਵੀ ਪਾਉਂਦੇ ਆ, ਠੀਕ ਹੈ। ਕਈ ਵਾਰੀ ਦੇਖਿਆ ਵੀ ਇਸ ਚੀਜ਼ ਨੂੰ ਕਿ ਪਟਾਕੇ ਪਾ ਕੇ ਮੁੰਡੇ ਲੰਘ ਰਹੇ ਹੋਣ, ਆਲਦੋ ਕਿ ਮੈਨੂੰ ਨਹੀਂ, ਮੇਰੇ ਸਾਹਮਣੇ ਨਹੀਂ ਕਿਸੇ ਨੇ ਇੱਦਾਂ ਦੀ ਕੋਈ ਗੱਲ ਕੀਤੀ। ਬਾਕੀ ਇਹ ਕਿ ਇੱਕ ਐਂਟਰਟੇਨਮੈਂਟ, ਮੈਂ ਇਹ ਕਹਿੰਦੀ ਹਾਂ ਕਿ ਹਰ ਚੀਜ਼ ਨੂੰ ਸਿਰਫ ਇੱਕ ਐਂਟਰਟੇਨਮੈਂਟ ਦੇ ਨਜ਼ਰੀਏ ਨਾਲ ਦੇਖਿਆ ਜਾਏ, ਕਿਸੇ ਆਰਟਿਸਟ ਦੇ ਉੱਤੇ ਇਸ ਤਰੀਕੇ ਦੀ ਗੱਲ ਨਹੀਂ ਕਰਨੀ ਚਾਹੀਦੀ ਕਿ ਉਹ। ਮੈਂ ਥੋੜ੍ਹੀ ਦੇਰ ਪਹਿਲੇ ਕੋਈ ਚੀਜ਼ ਦੇਖ ਰਹੀ ਸੀ, ਆਰਟਿਸਟਾਂ ਨੂੰ ਮੇ ਬੀ ਇਸ ਚੀਜ਼ 'ਤੇ ਕਿਤੇ ਨਾ ਕਿਤੇ ਬਲੇਮ ਕੀਤਾ ਜਾਂਦਾ ਕਿ ਔਰ ਇਹੋ ਜਿਹਾ ਗਾਣਾ ਗਾ ਕੇ, ਇਹੋ ਜਿਹਾ ਗਾਣਾ ਗਾ ਕੇ, ਬਟ ਨਹੀਂ, ਜੇ ਇੰਨਾ ਹੀ ਆਰਟਿਸਟਾਂ ਨੂੰ ਫੋਲੋ ਕੀਤਾ ਜਾਂਦਾ ਹੁੰਦਾ ਤਾਂ ਭਗਤ ਸਿੰਘ ਜੀ 'ਤੇ ਵੀ ਬਹੁਤ ਗਾਣੇ ਆਉਂਦੇ ਆ। ਮੈਂ ਤਾਂ ਕਦੇ ਕਿਸੇ ਨੂੰ ਫੋਲੋ ਕਰਦਿਆਂ ਨਹੀਂ ਦੇਖਿਆ। ਚਲੋ, ਤੁਸੀਂ ਬਹੁਤ ਵਧੀਆ ਗੱਲ ਕੀਤੀ ਭਗਤ ਸਿੰਘ ਦੀ, ਨਾਲ ਤੁਸੀਂ ਇਹ ਵੀ ਕਿਹਾ ਵੀ ਮੈਂ ਬਹੁਤ ਮੁੰਡਿਆਂ ਨੂੰ ਦੇਖਿਆ ਪਟਾਕੇ ਪਾਉਂਦੇ ਜਾਂਦੇ ਆ, ਪੰਜਾਬ ਦੇ ਵਿੱਚ ਨਹੀਂ ਬਹੁਤ ਦੁਨੀਆਂ ਦੇ ਵਿੱਚ, ਦੇਸ਼ ਦੇ ਵਿੱਚ ਵੀ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਮੁੰਡਿਆਂ ਦੀ ਵਧੀਕੀ ਦਾ ਸ਼ਿਕਾਰ ਹੋਈਆਂ ਨੇ। ਤੇਜ਼ਾਬ ਦੀਆਂ ਘਟਨਾਵਾਂ ਤੁਸੀਂ ਪੜ੍ਹੀਆਂ ਸੁਣੀਆਂ ਹੋਣੀਆਂ ਜੀ, ਜਿਹੜੇ ਪਟਾਕੇ ਪਾਉਣੇ ਬੁਲਟ ਤੇ, ਤੁਸੀਂ ਚੰਗੀ ਗੱਲ ਸਮਝਦੇ ਹੋ? ਨਹੀਂ, ਇਹ ਚੰਗੀ ਗੱਲ ਨਹੀਂ ਆ। ਪਹਿਲੇ ਵੀ ਕਿਸੇ ਇੰਟਰਵਿਊ 'ਚ ਗੱਲ ਹੋਈ ਸੀ ਕਿ ਉਹ ਪਟਾਕੇ ਪਾਉਣ 'ਤੇ ਅਗਰ ਤੁਸੀਂ ਕੀ ਕਹਿਣਾ ਚਾਹੋਗੇ, ਮੈਂ ਤਾਂ ਇਹੀ ਕਹੂੰਗੀ ਕਿ ਸੇਫ ਨਹੀਂ ਆ। ਫਿਰ ਤੁਸੀਂ ਇਸ ਚੀਜ਼ ਨੂੰ ਉਤਸ਼ਾਹਿਤ ਕਿਉਂ ਕਰ ਰਹੇ? ਤੁਸੀਂ ਤਾਂ ਜਿਹੜੀ ਮੰਡੀਰ ਆ, ਤੁਸੀਂ ਚਲੋ ਕਰਮਾਂ ਵਾਲੇ, ਤੁਸੀਂ ਕਿਹਾ ਮੈਨੂੰ ਅੱਜ ਤੱਕ ਮੁੰਡੇ ਨਹੀਂ ਛੇੜਿਆ, ਚੰਡੀਗੜ੍ਹ ਦੇ ਵਿੱਚ ਬੈਠੇ ਆਪਾਂ, ਚੰਡੀਗੜ੍ਹ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਆੜੇ ਪਟਾਕੇ ਪਾਉਣ ਵਾਲਿਆਂ ਤੋਂ ਪਰੇਸ਼ਾਨ ਨੇ, ਤੁਸੀਂ ਤਾਂ ਸਿੱਧੇ ਤੌਰ 'ਤੇ ਉਹਨਾਂ ਦੀ ਹਮਾਇਤ ਕਰਤੀ। ਨਹੀਂ, ਹਮਾਇਤ ਨਹੀਂ, ਇਹ ਤਾਂ ਇੱਦਾਂ ਤੇ ਕਈ ਚੀਜ਼ਾਂ ਆਉਂਦੀਆਂ ਨੇ, ਤੁਸੀਂ ਤਾਂ ਬੜੀ ਪ੍ਰਾਊਡਲੀ ਕਹਿ ਰਹੇ ਹੋ ਨਾ ਵੀ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਜੀ। ਪਟਾਕੇ ਪਾਉਣੇ ਤੁਹਾਨੂੰ ਪਤਾ, ਚਲਾਣ ਵੀ ਆ ਪਟਾਕੇ ਪਾਉਣਾ, ਇਹੀ ਪਟਾਕੇ ਪਾਉਣ ਵਾਲੇ ਜੀ। ਪਹਿਲਾਂ ਪਟਾਕੇ ਪਾਉਂਦੇ ਨੇ, ਫਿਰ ਕੁੜੀਆਂ ਨੂੰ ਛੇੜਦੇ, ਫਿਰ ਉਹਨਾਂ ਦੀ ਚੁੰਨੀ ਨਾਲ ਖੇਡਦੇ ਨੇ, ਜੀ ਫਿਰ ਅੱਗੇ ਕੀ ਕੁਝ ਹੁੰਦਾ ਜੀ। ਤੁਸੀਂ ਇੱਕ ਜ਼ਿੰਮੇਦਾਰ, ਤੁਸੀਂ ਪੜ੍ਹੇ ਲਿਖੇ ਗਾਇਕਾ ਹੋ, ਤੁਸੀਂ ਇੱਦਾਂ ਦਾ ਗਾਣਾ ਗਾਇਆ, ਮੈਂ ਤਾਂ ਇਹ ਕਹੂੰਗਾ ਤੁਸੀਂ ਸਿੱਧੇ ਤੌਰ 'ਤੇ ਜਿਹੜੀ ਮੰਡੀਰ ਆ ਉਹਨੂੰ ਉਤਸ਼ਾਹਿਤ ਕਰ ਰਹੇ ਹੋ।
ਨਹੀਂ ਮੰਡੀਰ ਦੇਖੋ ਕਿਸੇ ਗਾਣੇ ਨਾਲ ਹੀ ਉਤਸ਼ਾਹਿਤ ਨਹੀਂ ਹੁੰਦੀ ਮੰਡੀਰ, ਆਲਰੇਡੀ ਜੋ ਕੁਛ ਵੀ ਲੋਕ ਕਰ ਰਹੇ ਆ ਮੇਰੇ ਖਿਆਲ ਦੇ ਨਾਲ ਤੇ ਨਹੀਂ ਹੈ ਕਿ ਇੱਕ ਆਰਟਿਸਟ ਨੂੰ ਹੀ ਫੋਲੋ ਕੀਤਾ ਜਾਂਦਾ ਹੈ, ਮੈਂ ਨਹੀਂ ਤੁਸੀਂ ਲੋਕਾਂ ਦੇ ਸਮਝਦੀ। ਲਾਇਕ ਹੋ ਜਿਹੜੇ ਸਿੰਗਰ ਗੀਤਕਾਰ ਹੁੰਦੇ ਨੇ, ਤੁਸੀਂ ਲੋਕਾਂ ਦੇ ਪ੍ਰੇਰਨਾ ਸਰੋਤ ਹੁੰਦੇ ਨੇ, ਜਿਵੇਂ ਤੁਸੀਂ ਜੀ ਮਨਮੋਹਨ ਵਾਰਸ ਦਾ ਨਾਮ ਲਿਆ ਵੀ, ਮੈਂ ਜੀ ਮਨਮੋਹਨ ਵਾਰਸ ਦੀ ਪ੍ਰਸ਼ੰਸਕ ਹਾਂ, ਜੀ ਹੋ ਸਕਦਾ ਅੱਗੇ ਜਾ ਕੇ ਤੁਹਾਡੇ ਵੀ ਪ੍ਰਸ਼ੰਸਕ ਹੋਣ, ਜੀ ਜੇ ਤੁਸੀਂ ਮਨਮੋਹਨ ਵਾਰਸ ਦੇ ਪ੍ਰਸ਼ੰਸਕ। ਮੈਂ ਤਾਂ ਅਜੇ ਤੱਕ ਸੁਣਿਆ ਨਹੀਂ ਮਨਮੋਹਨ ਵਾਰਸ ਨੇ ਇਦਾਂ ਦਾ ਇੱਕ ਸਮਾਜ ਦੇ ਖਿਲਾਫ ਕੋਈ ਗਾਣਾ ਗਾਇਆ ਹੋਵੇ। ਇਸ ਤਰੀਕੇ ਨਾਲ ਜੇ ਤੁਸੀਂ ਕਹੋਗੇ ਤੁਹਾਡੇ ਵੀ ਪ੍ਰਸ਼ੰਸਕ ਹੋਣਗੇ। ਮੈਂ ਸਮਝਦਾ ਜੀ ਵੀ ਜੋ ਸਮਾਜ 'ਚ ਹੋ ਰਿਹਾ ਉਹਦੇ ਲਈ ਸਿੱਧੇ ਤੌਰ 'ਤੇ ਬਹੁਤ ਸਾਰੇ ਗਾਇਕ ਵੀ ਜ਼ਿੰਮੇਦਾਰ ਹੋ। ਇਸ ਜਿਵੇਂ ਤੁਸੀਂ ਗਾਣਾ ਗਾਇਆ ਪਟਾਕੇ ਪਾਉਣਾ, ਜੀ ਮੈਨੂੰ ਲੱਗਦਾ ਤੁਸੀਂ ਵੀ ਇਸ ਚੀਜ਼ ਲਈ ਜ਼ਿੰਮੇਦਾਰ ਹੋ। ਮੇਰੇ ਕਹਿਣ ਤੇ ਕਿਹੜੇ ਉਹਨਾਂ ਨੇ ਅੱਜ ਸ਼ੁਰੂ ਕੀਤੇ, ਪਟਾਕੇ ਪੈਂਦੇ ਆ ਤਾਂ ਗਾਣਾ ਬਣਿਆ, ਗਾਣੇ ਦੇ ਪਿੱਛੇ ਪਟਾਕੇ ਪੈਣੇ ਨਹੀਂ ਸ਼ੁਰੂ ਹੋਏ, ਪਟਾਕੇ ਪੈਂਦੇ ਸੀ ਉਹਨਾਂ ਨੂੰ ਫੋਲੋ ਕਰਕੇ ਗਾਣਾ ਬਣਾਇਆ ਤੁਸੀਂ ਗਿਆ। ਬੜਾ ਪ੍ਰਾਊਡਲੀ ਫੀਲ ਕਰਾਇਆ ਨਾ ਵੀ ਨਹੀਂ, ਬੁਲਟ ਤਾਂ ਰੱਖਿਆ। ਪ੍ਰਾਊਡਲੀ ਨਹੀਂ ਅਸੀਂ ਕਹਿ ਸਕਦੇ ਕਿ ਪ੍ਰਾਊਡਲੀ ਅਸੀਂ ਕਹਿ ਰਹੇ ਹਾਂ ਕਿ ਬੁਲਟ ਤਾਂ ਰੱਖਿਆ, ਪਟਾਕੇ ਪਾਉਣ ਨੂੰ ਇਹਦੇ 'ਚ ਸਿਰਫ ਸਿੰਪਲ ਜੀ ਗੱਲ ਕੀਤੀ ਗਈ ਹੈ, ਦੋ ਕੁੜੀਆਂ ਆਪਸ 'ਚ ਗੱਲ ਕਰ ਰਹੀਆਂ, ਉਹ ਇੱਕ ਤਾਨਾ ਦਿੰਦੀ ਹੈ ਕਿ ਉਹ ਤਾਂ ਬੜਾ ਸਿੱਧਾ ਜਿਹਾ ਆ, ਬੜਾ ਸਾਊ ਜਿਹਾ, ਉਹ ਫਿਰ ਉਹਨੂੰ ਉਹਦੇ ਜਵਾਬ 'ਚ ਦੱਸਦੀ ਹੈ ਕਿ ਜਿਹੜੇ ਮੁੰਡੇ ਨਾਲ ਉਹਦਾ ਹੁੰਦਾ ਉਹਦੇ ਬਾਰੇ ਇੱਕ ਬੜੇ ਪ੍ਰਾਊਡਲੀ ਇਸ ਚੀਜ਼ ਨੂੰ ਦੱਸਦੀ ਹੈ ਕਿ ਉਹ ਫੁਕਰਾ ਨੀਗਾ, ਉਹਦੇ ਕੋਲ ਹੈਗਾ ਸਾਰਾ ਕੁਛ ਆ, ਬਟ ਉਹਦੇ 'ਚ ਇਹੋ ਜਿਹਾ ਫੁਕਰਪਣਾ ਨਹੀਂ ਹੈਗਾ ਕਿ ਉਹ ਲੋਕਾਂ ਦੇ ਅੱਗੇ, ਲਾਈਕ ਉਹਦੇ ਘਰ 'ਚ ਸਭ ਕੁਛ ਹੈਗਾ ਪਰ ਜੇ ਚੇਤਕ 'ਤੇ ਵੀ ਆਉਂਦਾ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਉਹਦੇ 'ਚ ਲਾਈਕ ਉਹ ਬਹੁਤ ਜ਼ਿਆਦਾ ਸਾਊ ਆ, ਇਹ ਤਾਂ ਜਸਟ ਇੱਕ ਇੱਕ ਗੱਲ ਕੀਤੀ ਗਈ ਆ, ਬਾਕੀ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਪੈਂਦਾ, ਗਾਣੇ ਤਾਂ ਤੁਹਾਨੂੰ ਪਤਾ ਹੀ ਹੈ ਡੇਲੀ ਕਈ ਤਰੀਕੇ ਦੇ ਆਉਂਦੇ ਆ। ਚਲੋ ਤੁਹਾਡਾ ਕਹਿਣਾ ਵੀ ਇੱਦਾਂ ਦੇ ਗਾਣਿਆਂ ਨਾਲ ਕੋਈ ਫਰਕ ਨਹੀਂ ਪੈਂਦਾ, ਜੀ ਗਾਣੇ ਇਸ ਤਰੀਕੇ ਦੇ ਹੋ ਰਹੇ, ਆਪਾਂ ਅੱਗੇ ਵੱਧਦੇ ਹੋ ਜੀ। ਅੱਗੇ ਤੁਸੀਂ ਕਿਹਾ ਵੀ ਇਹ ਜਿਹੜੇ ਗਾਣੇ ਮੈਂ ਦੋਨੋਂ ਗਾਏ ਨੇ ਮੈਨੂੰ ਕੰਪਨੀ ਨੇ ਸੁਜੈਸਟ ਕੀਤੇ, ਮੈਂ ਕੰਪਨੀ ਦੇ ਕਹਿਣ ਤੇ ਗਏ ਨੇ, ਤੁਹਾਨੂੰ ਇਹ ਆਪਣੇ ਗਾਣੇ ਪਸੰਦ ਨੇ ਜਾਂ ਤੁਹਾਡੀ ਸੋਚ ਇਸ ਤੋਂ ਪਰੇ ਆ? ਪਸੰਦ ਦੇਖੋ ਕੋਈ ਚੀਜ਼ ਵਧੀਆ ਲੱਗੀ ਆ ਤਾਂ ਹੀ ਕੋਈ ਮੇਰੇ ਖਿਆਲ ਨਾਲ ਗਾਉਂਦਾ ਇਸ ਚੀਜ਼ ਨੂੰ, ਗਾਣੇ ਤਾਂ ਇਦਾਂ ਦਿਨ 'ਚ ਕਈ ਆਉਂਦੇ ਨੇ। ਨਹੀਂ ਤੁਸੀਂ ਕਿਹਾ ਵੀ ਮੇਰੀ ਟੀਮ ਵਰਕ ਆ, ਜੀ ਮੈਂ ਜਿਹੜੇ ਗਾਣੇ ਗਾਉਣੇ ਆ ਜੀ ਉਹ ਮੇਰੀ ਕੰਪਨੀ ਪਿੰਕੀ ਧਾਲੀਵਾਲ ਜੀ ਨਾਲ ਤੁਸੀਂ ਜੁੜੇ ਹੋਏ ਨੇ, ਬਹੁਤ ਵੱਡਾ ਸਤਿਕਾਰਤ ਨਾਮ ਆ ਪੰਜਾਬੀ ਮਿਊਜ਼ਿਕ ਇੰਡਸਟਰੀ ਜੀ, ਦਾ, ਬਿਲਕੁਲ ਤੁਸੀਂ ਉਹਨਾਂ ਨਾਲ ਜੁੜੇ ਹੋਏ ਆ, ਤੁਸੀਂ ਉਹਨਾਂ ਦੇ ਇਹ ਗਾਣੇ ਗਾਏ ਨੇ ਜੀ, ਹੋ ਸਕਦਾ ਮਾਰਕੀਟ ਦੀ ਡਿਮਾਂਡ ਨਾਲ ਗਾਏ ਨੇ। ਮੈਂ ਸਿਰਫ ਇਹ ਕਲੀਅਰ ਕਰਨਾ ਚਾਹੁੰਦਾ ਵੀ ਜੋ ਤੁਸੀਂ ਗਾ ਰਹੇ ਹੋ ਤੁਹਾਡੀ ਆਪਣੀ ਨਿੱਜੀ ਸੋਚ ਵੀ ਇਹ ਜਾਂ ਤੁਹਾਡੀ ਸੋਚ ਇਸ ਤੋਂ ਵੱਖਰੀ ਆ? ਮੈਂ ਦੋ ਸ਼ਬਦਾਂ 'ਚ ਇਸ ਚੀਜ਼ ਨੂੰ ਜਾਣਨਾ ਚਾਹੁੰਦਾ। ਸੋਚ ਇਹਦੇ ਵਿੱਚ ਮੇਰੇ ਖਿਆਲ ਨਾਲ ਪਤਾ ਨਹੀਂ ਕਿੱਥੇ ਜਾ ਕੇ ਟਿਕਦੀ ਹੈ ਕਿ ਸੋਚ ਠੀਕ ਹੈ, ਕਿਤੇ ਨਾ ਕਿਤੇ ਹੈਗੀ ਵੀ ਹੈ, ਕਿਉਂਕਿ ਉਹੀ ਚੀਜ਼ ਆ ਕਿ ਜਦੋਂ ਅਸੀਂ ਕਿਸੇ ਨੂੰ ਦੇਖੋ, ਜਦੋਂ ਮੰਨ ਲਓ ਮੈਂ ਆ, ਮੈਂ ਕੋਈ ਚੀਜ਼ ਦੇਖ ਰਹੀ ਹਾਂ ਤਾਂ ਉਹਨੂੰ ਮੈਂ ਸਿੱਧਾ 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 ਆਂਸਰ ਮੰਗਿਆ, ਮੈਂ ਤੁਹਾਡੇ ਤੋਂ ਹੀ ਪੁੱਛਿਆ ਜੀ ਵੀ ਜੋ ਤੁਸੀਂ ਗਾਣੇ ਗਾ ਰਹੇ ਹੋ, ਤੁਸੀਂ ਕਿਹਾ ਵੀ ਮੈਨੂੰ ਕੰਪਨੀ ਨੇ ਕਿਹਾ ਵੀ ਇਸ ਤਰੀਕੇ ਦੇ ਗਾਣੇ ਆਪਾਂ ਨੇ ਗਾਉਣੇ ਆ ਜੀ, ਹੁਣ ਮੈਨੂੰ ਤੁਹਾਡੀ ਨਹੀਂ, ਇਹ ਨਹੀਂ ਕਿ ਇਸੇ ਤਰੀਕੇ ਦੇ ਗਾਣੇ ਗਾਉਣੇ ਆ, ਸਾਡੇ ਬਹੁਤ ਜਿਵੇਂ ਹੁਣ ਮੈਂ ਤੁਹਾਡੀ ਲਾਈਨ ਅਪ ਹੋਏ ਹੋਏ ਆ ਕਰ ਰਿਹਾ ਤੁਹਾਡੀ ਜੀ, ਮੈਨੂੰ ਕਿਸੇ ਕੰਪਨੀ ਨੇ ਕਿਹਾ ਵੀ ਇਹਦੀ ਇੰਟਰਵਿਊ ਕਰਕੇ ਦੇ, ਹੋ ਸਕਦਾ ਮੈਂ ਤੁਹਾਨੂੰ ਨਿੱਜੀ ਤੌਰ ਤੇ ਪਸੰਦ ਨਾ ਕਰਦਾ, ਹੋ ਸਕਦਾ ਮੇਰੀ ਨਿੱਜੀ ਤੌਰ ਤੇ ਤੁਸੀਂ ਪਸੰਦ ਹੋ, ਮੈਂ ਇਸ ਚੀਜ਼ 'ਚ ਖੁਸ਼ੀ ਮਹਿਸੂਸ ਕਰਾਂ ਤੁਹਾਡੀ ਇੰਟਰਵਿਊ ਕਰਕੇ ਜੀ। ਇਸ ਤਰੀਕੇ ਨਾਲ ਹੀ ਮੈਂ ਪੁੱਛ ਰਿਹਾ ਵੀ ਜਿਹੜੇ ਤੁਸੀਂ ਦੋਨੋਂ ਗਾਣੇ ਗਾਏ ਨੇ, ਬਿੱਲੀ ਆਖਣਾ ਤੁਸੀਂ ਚੁਰਾਹੇ 'ਚ ਠੋਕਿਆ, ਹੁਣ ਤੁਸੀਂ ਪਟਾਕੇ ਪਵਾਏ ਨੇ, ਇਹ ਚੁਰਾਹੇ ਤੇ ਪਟਾਕੇ ਪਾਉਣ ਦਾ ਕੰਮ ਇਹ ਕੰਪਨੀ ਨੇ ਕੀਤਾ, ਤੁਹਾਡੀ ਵੀ ਸੋਚ ਆ ਵੀ ਮੈਨੂੰ ਇੱਦਾਂ ਦੀ ਚੀਜ਼ਾਂ ਪਸੰਦ ਨੇ, ਨਹੀਂ ਪੁੱਛਣਾ ਹੋਣਾ ਹਾਂ ਦੇ ਨਾਂ ਦੇ ਵਿੱਚ ਮੈਂ ਜਵਾਬ ਪੁੱਛਣਾ ਜਾਣਨਾ ਚਾਹੁੰਦਾ। ਮੈਨੂੰ ਹਰ ਇੱਕ ਤਰੀਕੇ ਦੇ ਪਸੰਦ ਨੇ, ਮੈਨੂੰ ਇਹ ਵੀ ਤੁਸੀਂ ਗੱਲ ਨੂੰ ਉਲਝਾ ਰਹੇ ਹੋ, ਮੈਂ ਤਾਂ ਤੁਹਾਨੂੰ ਇਹੀ ਪੁੱਛਿਆ ਵੀ ਜੋ ਤੁਸੀਂ ਗਾਏ ਨੇ ਦੋਨੋਂ ਗੀਤ ਕੀ ਇਹ ਤੁਹਾਡੀ ਨਿੱਜੀ ਸੋਚ ਨਾਲ ਮੇਲ ਖਾਂਦੇ ਨੇ ਜਾਂ ਕੰਪਨੀ ਨੇ ਜੋ ਤੁਹਾਨੂੰ ਕਹਿਤਾ ਤੁਸੀਂ ਕਠਪੁਤਲੀ ਬਣ ਕੇ ਉਹ ਗਾਤਾ? ਨਹੀਂ ਕਠਪੁਤਲੀ ਤਾਂ ਨਹੀਂ ਮੈਂ ਕਹਿ ਸਕਦੀ, ਮਤਲਬ ਕਿ ਤੁਹਾਡੀ ਸੋਚ ਤੁਹਾਡੀ ਤੁਹਾਡੀ ਸੋਚ ਦੇ ਵਿੱਚ ਤੁਸੀਂ ਪਸੰਦ ਕਰਦੇ ਹੋ ਤਾਂ ਪਸੰਦ, ਕਿਉਂਕਿ ਲੋਕਾਂ ਦੀ ਪਸੰਦ ਇਹ, ਮੈਂ ਤੁਹਾਡੀ ਪਸੰਦ ਦੀ ਗੱਲ ਕਰ ਰਿਹਾ, ਜਿੱਦਾਂ ਮਰਜ਼ੀ ਸਮਝ ਲਓ ਜੀ, ਤੁਹਾਡੀ ਪਸੰਦ ਆ।
ਤੁਸੀਂ ਏਦਾਂ ਦੇ ਗੀਤ ਗਾ ਰਹੇ ਹੋ, ਦੂਜੇ ਪਾਸੇ ਤੁਸੀਂ ਮਨਮੋਹਨ ਵਾਰਸ ਦਾ ਨਾਮ ਲੈ ਰਹੇ ਹੋ, ਨੁਸਰਤ ਫਤਿਹ ਅਲੀ ਖਾਨ ਦਾ ਨਾਲ, ਏਡੇ ਵੱਡੇ ਵੱਡੇ ਫਨਕਾਰਾਂ ਦੇ ਨਾਲ, ਉਹ ਸੱਚ ਆ ਜਾਂ ਇਹ ਝੂਠ ਆ? ਦੋਨਾਂ 'ਚੋਂ ਇੱਕ ਚੀਜ਼ ਤਾਂ ਝੂਠ ਆ, ਜਾਂ ਤੁਸੀਂ ਉਹਨਾਂ ਨੂੰ ਫੋਲੋ ਨਹੀਂ ਕਰਦੇ ਜਾਂ ਤੁਸੀਂ ਇੱਥੇ ਝੂਠ ਬੋਲ ਰਹੇ ਹੋ। ਨਹੀਂ, ਫੋਲੋ ਇੱਦਾਂ ਨਹੀਂ ਹੁੰਦਾ, ਮੈਨੂੰ ਉਹ ਬਹੁਤ ਵਧੀਆ ਲੱਗਦੇ ਨੇ। ਮੈਂ ਜਿੱਦਾਂ ਪਹਿਲੇ ਦੱਸਿਆ ਕਿ ਉਹਨਾਂ ਦਾ ਅੰਦਾਜ਼ ਵਧੀਆ ਲੱਗਦਾ, ਜੋ ਉਹ ਗਾਉਂਦੇ ਨੇ ਵਧੀਆ ਲੱਗਦਾ। ਮੈਂ ਸਿੱਧੀ ਜਿਹੀ ਗੱਲ ਆ, ਮੈਂ ਇੱਕ ਨੋਰਮਲ ਕੁੜੀ ਹਾਂ, ਠੀਕ ਆ। ਮੈਂ ਕੋਈ ਕਦੇ ਵੀ ਅੱਜ ਤੀਕਰ ਮੈਨੂੰ ਬਹੁਤ ਇੰਨੀਆਂ ਇੰਟਰਵਿਊਜ਼ ਹੁੰਦੀਆਂ, ਤੁਹਾਨੂੰ ਸਟਾਰਡਮ ਕਿਹੋ ਜਿਹਾ ਲੱਗ ਰਿਹਾ, ਫੇਮ ਕਿਹੋ ਜਿਹਾ, ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਮੈਂ ਇੱਕ ਬਹੁਤ ਜ਼ਿਆਦਾ ਇੱਕ ਸਿੰਪਲ ਇੱਕ ਨੈਚੁਰਲ ਕੁੜੀ ਹਾਂ, ਮੈਨੂੰ ਕੁਝ ਇੰਨਾ ਜ਼ਿਆਦਾ ਨਹੀਂ ਪਤਾ, ਠੀਕ ਹੈ। ਨਾ ਹੀ ਮੈਨੂੰ ਇਸ ਲਾਈਨ ਦਾ ਇੰਨਾ ਜ਼ਿਆਦਾ ਉਹ ਹੈ ਕਿ ਅੱਜ ਹਾਲੇ ਮੈਂ ਇਸ ਲਾਈਨ 'ਚ ਐਂਟਰ ਕੀਤਾ। ਸੋ ਮੈਂ ਆਪਦੀ ਕੰਪਨੀ ਦੇ ਨਾਲ ਜਿੱਦਾਂ ਦਾ ਉਹਨਾਂ ਨੂੰ ਵਧੀਆ ਲੱਗਦਾ ਕਿ ਇਹ ਚੀਜ਼, ਕਿਉਂਕਿ ਉਹਨਾਂ ਦਾ ਮੈਂ ਪ੍ਰੋਡਕਟ ਹਾਂ, ਰਾਈਟ। ਉਹਨਾਂ ਨੂੰ ਪਤਾ ਕਿਹੜੀ ਚੀਜ਼ ਵਧੀਆ ਹੈ, ਕਿਹੜੀ ਚੀਜ਼ ਚੰਗੀ ਲੱਗੇਗੀ। ਮੈਂ ਉਹਨਾਂ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੀ ਹਾਂ ਕਿ ਜਿੱਦਾਂ ਦਾ ਉਹਨਾਂ ਨੂੰ ਪਤਾ ਮੇਰੇ ਤੋਂ ਸਿਆਣੇ ਨੇ ਉਹ, ਠੀਕ ਹੈ। ਸੋ ਜਿਵੇਂ ਦਾ ਉਹਨਾਂ ਨੂੰ ਵਧੀਆ ਲੱਗੇ, ਮੈਂ ਉਸੇ ਤਰੀਕੇ ਨਾਲ ਆਪਦੇ ਕੰਮ ਨੂੰ ਚਲਾ। ਜੋ ਕੰਪਨੀ ਚਾਹੁੰਦੀ ਤੁਸੀਂ ਗਾ ਰਹੇ ਹੋ, ਤੁਸੀਂ ਆਪਣੇ ਮੂੰਹ ਮੰਨਿਆ ਵੀ ਮੇਰੀ ਸੋਚ ਕਿਤੇ ਨਹੀਂ ਹੈਗੀ ਜੀ, ਜੋ ਕੰਪਨੀ ਪੇਸ਼ ਕਰ ਰਹੀ ਮੈਂ ਇੱਕ ਪ੍ਰੋਡਕਟ ਦੇ ਤੌਰ ਤੇ, ਨਹੀਂ ਨਹੀਂ ਮੇਰੀ ਸੋਚ ਵੀ ਆ, ਮੈਨੂੰ ਵੀ ਵਧੀਆ ਲੱਗਦੇ ਆ। ਮੈਂ ਇਹੀ ਚੀਜ਼ ਤਾਂ ਪੁੱਛਣਾ ਚਾਹੁੰਦਾ ਸੀ, ਨੱਚਣਾ ਟੱਪਣਾ ਤਾਂ ਕਿਹਨੂੰ ਨਹੀਂ ਪਤਾ। ਮੈਂ ਇਹੀ ਚੀਜ਼ ਪੁੱਛਣਾ ਚਾਹੁੰਦਾ ਸੀ, ਤੁਹਾਡੀ ਸੋਚ ਆ ਤੁਹਾਨੂੰ ਪਸੰਦ ਨੇ ਜੀ, ਦੂਜੇ ਪਾਸੇ ਤੁਸੀਂ ਨੁਸਰਤ ਫਤਿਹ ਅਲੀ ਖਾਨ ਦਾ ਨਾਮ ਲੈ ਰਹੇ ਹੋ, ਵਾਰਿਸ ਦਾ ਨਾਮ ਲੈ ਰਹੇ ਹੋ, ਤਾਂ ਕੀ ਹੋ ਗਿਆ, ਉਹ 'ਚ ਕਿਹੜੀ ਗੱਲ ਆ? ਸੋਚ ਪਸੰਦ ਤਾਂ ਕਈ ਤਰੀਕੇ ਦੀ ਹੋ ਸਕਦੀ ਨਾ ਇੱਕ ਆਰਟਿਸਟ ਦੀ। ਮੈਨੂੰ ਜਿਹੜੀ ਪਸੰਦ ਚੀਜ਼ ਆ ਮੈਂ ਉਹ ਉਹੀ ਕੰਮ ਕਰੂੰਗਾ, ਜਿਹੜੀ ਚੀਜ਼ ਮੈਨੂੰ ਪਸੰਦ ਨਹੀਂ, ਜਾਂ ਮੈਂ ਡਿਫੋਮ ਕਰ ਰਿਹਾ ਤੇ ਜਾਂ ਮੈਨੂੰ ਸੱਚੀਓ ਪਸੰਦ ਆ, ਮੈਂ ਇਹੀ ਜਾਣਨਾ ਚਾਹੁੰਦਾ ਸੀ ਤੁਹਾਡੇ ਤੋਂ। ਚਲੋ ਤੁਸੀਂ ਖੈਰ ਹੁਣ ਆਪਣੇ ਕੋਲੋਂ ਕਿਹਾ ਵੀ ਕੰਪਨੀ ਨੇ ਮੈਨੂੰ ਪੇਸ਼ ਕੀਤਾ, ਮੈਂ ਕੰਪਨੀ ਦੀ ਤਰ੍ਹਾਂ ਕੰਮ ਕਰ ਰਹੀ ਹਾਂ, ਜੋ ਕਹਿ ਰਹੇ ਨੇ ਮੈਂ ਗਾ ਰਹੀ ਹਾਂ, ਚਲੋ ਵਧੀਆ ਗੱਲ ਆ। 7 ਮਹੀਨਿਆਂ ਦੀ ਜਿਹੜੀ ਤੁਹਾਡੀ ਸਫਲਤਾ, ਹੁਣ ਤੱਕ ਤੁਸੀਂ ਸੰਘਰਸ਼ ਸ਼ਾਇਦ ਲੰਬਾ ਕੀਤਾ ਹੋਊਗਾ, ਪਰ ਜਿਹੜੀ ਤੁਹਾਡੀ ਸਫਲਤਾ ਜੀ ਮੈਂ 7 ਮਹੀਨਿਆਂ ਦੀ ਜੀ, ਬਿਲਕੁਲ, ਕਿੱਥੇ ਖੜਾ ਖੁਦ ਨੂੰ ਮਹਿਸੂਸ ਕਰਦੇ ਹੋ? ਦੋ ਗੀਤਾਂ ਤੋਂ ਬਾਅਦ ਤੁਸੀਂ ਕੀ ਸੋਚਦੇ ਹੋ ਵੀ ਤੁਸੀਂ ਅੱਗੇ ਕਿਸ ਤਰੀਕੇ ਨਾਲ ਵਧਣਾ ਤੇ ਕਿਵੇਂ ਵਧਣਾ? ਦੇਖੋ ਇਹ ਸਾਰੀ ਮਿਹਨਤ ਆ, ਜਿੱਦਾਂ ਜਿੱਦਾਂ ਕੋਈ ਵੀ ਇਨਸਾਨ ਮਿਹਨਤ ਕਰੀ ਜਾਊਗਾ ਪਾਈ ਜਾਊਗਾ, ਮੇਰੀ ਮਿਹਨਤ ਜਾਰੀ ਰਹੂਗੀ। ਮੇਰਾ ਇਹੀ ਮੋਟਿਵ ਆ ਕਿ ਅਗਰ ਹੁਣ ਮੈਂ ਇਸ ਲਾਈਨ 'ਚ ਆ ਗਈ ਹਾਂ ਤਾਂ ਮੇਰੀ ਮਿਹਨਤ ਹੀ ਆ। ਮੈਨੂੰ ਕੋਈ ਦੋ ਤਿੰਨ ਵਾਰੀ ਇਹ ਗੱਲ ਪੁੱਛੀ ਗਈ ਕਿ ਤੁਸੀਂ ਕਿਸਮਤ 'ਤੇ ਬਿਲੀਵ ਕਰਦੇ ਹੋ ਕਿ ਮਿਹਨਤ 'ਤੇ, ਮੇਰਾ ਆਂਸਰ ਇਹ ਸੀਗਾ ਕਿ ਮੈਂ ਮਿਹਨਤ 'ਤੇ ਬਿਲੀਵ ਕਰਦੀ ਹਾਂ। ਉਹਦਾ ਕਾਰਨ ਇਹ ਆ ਕਿ ਕਿਸਮਤ ਨੇ ਇੱਕ ਵਾਰੀ ਮੈਨੂੰ ਇੱਕ ਜਗ੍ਹਾ 'ਤੇ ਖੜਾ ਕਰਤਾ, ਹੁਣ ਅੱਗੋਂ ਕੀ ਆ ਉਹ ਇੱਕ ਮਿਹਨਤ ਆ। ਜਿੱਦਾਂ ਜਿੱਦਾਂ ਇੱਕ ਇਨਸਾਨ ਦੀ ਮਿਹਨਤ ਜਾਈ ਜਾਊਗੀ ਉੱਦਾਂ ਉੱਦਾਂ ਹੀ ਉਹ ਵਧੀ ਜਾਊਗਾ। ਸੋ ਮੈਂ ਮਿਹਨਤ ਕਰਦੀ ਰਹੂੰਗੀ, ਲੋਕੀ ਦੇਖੀ ਜਾਣਗੇ, ਫਿਰ ਕਿੱਥੋਂ ਦਿੱਕਤ। ਤੁਹਾਡੇ ਆਈ ਥਿੰਕ ਸਮਕਾਲੀਆਂ ਦੀ ਗੱਲ ਕੀਤੀ ਹੈ ਤੇ ਮੈਨੂੰ ਲੱਗਦਾ ਤੁਹਾਡੇ ਤੋਂ ਬਾਕੀ ਜਾਂ ਬਹੁਤ ਲੰਬੇ ਸਮੇਂ ਦੇ ਲੱਗੇ ਨੇ, ਚਾਹੇ ਰਵਿੰਦਰ ਹਾਂਡਾ, ਚਾਹੇ ਕੌਰਬੀ ਆ ਜੀ, ਬਿਲਕੁਲ, ਚਾਹੇ ਅਨਮੋਲ ਗਗਨਮਾਨਾ, ਚਾਹੇ ਕੋਈ ਵੀ ਹੈ, ਜਿਹੜੇ ਨਿਮਰਤ ਖਹਿਰਾ ਉਹ ਤੁਹਾਡੇ ਬਰਾਬਰ ਹੋਣ, ਆਈ ਥਿੰਕ ਸ਼ਾਇਦ ਤੁਹਾਡੇ ਤੋਂ ਪਹਿਲਾਂ ਆਈ ਹੈ, ਪਰ ਕੰਪੀਟੀਸ਼ਨ ਸਿੱਧੇ ਤੌਰ ਤੇ ਤੁਹਾਡਾ ਤੇ ਜੀ ਨੇ। ਮੈਂ ਕੰਪੀਟੀਸ਼ਨ ਨਹੀਂ ਮੰਨਦੀ ਉਹਨਾਂ ਨੂੰ, ਬਹੁਤ ਵਧੀਆ ਗੱਲ ਹੈ, ਤੁਸੀਂ ਕੰਪੀਟੀਸ਼ਨ ਨਹੀਂ ਮੰਨਦੇ, ਮੈਂ ਮੇਰੇ ਬਹੁਤ ਅੱਛੇ ਫਰੈਂਡ ਹੋ, ਬਹੁਤ ਅੱਛੀ ਗੱਲ ਆ ਜੀ। ਤੁਸੀਂ ਹੁਣ ਆਪਾਂ, ਮੇਰਾ ਕੁਐਸਚਨ ਨਹੀਂ ਬਦਲ ਗਿਆ, ਤੁਸੀਂ ਫਰੈਂਡ ਕਹਤਾ ਜੀ, ਤੁਹਾਡੀ ਦੋਸਤ ਆ ਜੀ, ਤੁਸੀਂ ਉਹਨੂੰ ਕਿਸ ਤਰੀਕੇ ਦੀ ਗਾਇਕਾ ਮੰਨਦੇ ਹੋ ਜਾਂ ਤੁਹਾਨੂੰ ਉਹਦੇ 'ਚ ਕਿਹੜੀ ਖੂਬੀ ਪਸੰਦ ਆ ਜਿਹੜੀ ਤੁਸੀਂ ਚਾਹੁੰਦੇ ਹੋ ਮੇਰੇ 'ਚ ਵੀ ਹੋਵੇ? ਨਹੀਂ, ਮੈਨੂੰ ਉਹਨਾਂ ਦੀ ਕੋਈ ਖੂਬੀ ਨਹੀਂ ਚਾਹੀਦੀ, ਮੈਂ ਆਪਣੇ ਨਾਲ ਸੈਟਿਸਫਾਈ ਹਾਂ, ਮੇਰੇ ਕੋਲ ਜੋ ਵੀ ਹੈਗਾ ਉਹ ਮੇਰੇ ਕੋਲ ਆ, ਜੋ ਉਹਨਾਂ ਕੋਲ ਆ ਉਹਨਾਂ ਦੇ ਕੋਲ ਆ। ਹਾਂ, ਉਹਨਾਂ ਦੀ ਗਾਇਕੀ ਬਹੁਤ ਅੱਛੀ ਹੈ, ਉਹ ਮੈਨੂੰ ਮਿਲੇ ਵੀ ਸੀ, ਅਸੀਂ ਇਕੱਠੇ ਸ਼ੋਅ ਕਰਕੇ ਆਏ, ਮੈਂ ਉਹਨਾਂ ਨੂੰ ਕਿਹਾ ਵੀ ਸੀ ਲਾਈਕ ਯੂ ਆਰ ਅ ਗੁੱਡ ਸਿੰਗਰ, ਉਹ ਬਹੁਤ ਅੱਛੇ ਗਾਇਕਾ ਨੇ। ਸੋਹਣੇ ਨਿਮਰਤ ਦੇ ਸਾਰੇ ਗਾਣੇ ਤੁਸੀਂ ਜੀ, ਬਿਲਕੁਲ, ਤੁਹਾਨੂੰ ਕਿਹੜਾ ਗਾਣਾ ਉਹਦਾ ਪਸੰਦ ਆ? ਸਾਰੇ ਸੋਹਣੇ ਨੇ, ਬਹੁਤ ਸੋਹਣੇ ਨੇ। ਉਹ ਮਿਹਨਤ ਕਰਕੇ ਇੱਕ ਇਨਸਾਨ ਜਦੋਂ ਸਕਰੀਨ ਤੇ ਆਇਆ, ਮੈਂ ਉਸ ਬੰਦੇ ਦੀ ਮਿਹਨਤ ਨੂੰ, ਉਸ ਕੁੜੀ ਦੀ ਮੈਂ ਸਟਰਗਲ ਨੂੰ ਸਮਝ ਸਕਦੀ ਹਾਂ। ਸੋ ਮੈਨੂੰ ਉਹਦਾ ਹਰ ਇੱਕ ਟਰੈਕ, ਇਹ ਨਹੀਂ ਕਿ ਸਿਰਫ ਨਿਮਰਤ ਜੀ ਦਾ, ਮੈਂ ਕਿਸੇ ਵੀ ਕੋਈ ਵੀ ਕੁੜੀ ਹੈ, ਮੈਨੂੰ ਹਰ ਇੱਕ ਕੁੜੀ ਦਾ ਟਰੈਕ ਜਿਹੜਾ ਬਹੁਤ ਸੋਹਣਾ ਲੱਗਦਾ, ਬਹੁਤ ਵਧੀਆ ਲੱਗਦਾ। ਤੁਹਾਡੀ ਪਸੰਦੀਦਾ ਗਾਇਕਾ ਕਿਹੜੀ ਬੇਸਿਕਲੀ ਪੰਜਾਬ ਦੇ ਵਿੱਚੋਂ ਜੇ ਗੱਲ ਕਰੀਏ ਤਾਂ? ਮੈਨੂੰ ਮਿਸ ਪੂਜਾ ਜੀ ਵਧੀਆ ਲੱਗਦੇ ਆ। ਪੂਜਾ ਦਾ ਕਿਹੜਾ ਗਾਣਾ ਤੁਹਾਨੂੰ ਜ਼ਿਆਦਾ ਪਸੰਦ ਆ? ਸਾਰੇ ਵਧੀਆ ਲੱਗਦੇ ਆ। ਅੱਛਾ, ਸਾਰੇ ਵਧੀਆ ਲੱਗਦੇ ਜੀ।
ਤੁਸੀਂ ਵੈਸੇ ਤਾਂ ਤੁਹਾਡੇ ਆਪਣੇ ਅੰਦਾਜ਼ ਨੇ, ਤੁਹਾਡੇ ਆਪਣੇ ਨਖਰੇ ਨੇ, ਤੁਹਾਡਾ ਜੀ ਆਪਣਾ ਪਹਿਰਾਵਾ, ਜੀ ਪਰ ਜਦੋਂ ਤੁਸੀਂ ਫੀਲਡ 'ਚ ਕੰਮ ਕਰ ਰਹੇ ਹੁੰਦੇ ਜਾਂ ਤੁਸੀਂ ਇੱਕ ਸਟਾਰ ਬਣ ਜਾਂਦੇ ਹੋ, ਜੀ ਤੁਸੀਂ ਆਪਣੇ ਆਪ ਨੂੰ ਹੋਰ ਨਿਖਾਰਨ ਦੀ ਕੋਸ਼ਿਸ਼ ਕਰਦੇ ਹੋ, ਜੀ ਕਮੀਆਂ ਹਰ ਬੰਦੇ ਦੇ ਵਿੱਚ ਹੁੰਦੀਆਂ ਜੀ ਨੇ। ਬਿਲਕੁਲ। ਤੁਸੀਂ ਕਦੇ ਤੁਸੀਂ ਜਿਵੇਂ ਤੁਸੀਂ ਦੱਸਿਆ ਤੁਸੀਂ ਸਭ ਨੂੰ ਸੁਣਦੇ ਹੋ, ਕਿਹੜੀ ਇਹ ਜੀ ਗਾਇਕਾ ਜਾਂ ਕਿਹੜਾ ਗਾਇਕਾ ਤੁਹਾਨੂੰ ਲੱਗਦਾ ਵੀ ਯਾਰ ਇਹ ਚੀਜ਼ ਇਹਦੇ ਵਿੱਚ ਆ, ਇਹ ਮੈਨੂੰ ਵੀ ਆਪਣੇ ਵਿੱਚ ਲੈ ਕੇ ਆਉਣੀ ਚਾਹੀਦੀ ਹੈ? ਜਿੱਦਾਂ ਮੈਂ ਪਹਿਲੇ ਵੀ ਕਿਹਾ ਕਿ ਮੈਨੂੰ ਆਪਣੇ ਆਪ ਦੇ ਨਾਲ ਸੈਟੀਸਫੈਕਸ਼ਨ ਆ, ਬਾਕੀ ਜਿਹੜੀ ਚੀਜ਼ ਮੈਂ ਜਿੱਦਾਂ ਮੈਂ ਨਰਿੰਦਰ ਬੀਬਾ ਜੀ ਨੇ ਜਦੋਂ ਮੈਂ ਉਹਨਾਂ ਨੂੰ ਸੁਣਦੀ ਹਾਂ, ਉਹਨਾਂ ਦੀ ਗਾਇਕੀ 'ਚ ਜਿਹੜਾ ਇੱਕ ਠਹਿਰਾਵ ਆ, ਗਾਇਕੀ 'ਚ ਜਿਹੜਾ ਠਹਿਰਾਵ ਆ, ਉਹ ਮੈਨੂੰ ਬਹੁਤ ਵਧੀਆ ਲੱਗਦਾ। ਮੈਨੂੰ ਹੁੰਦਾ ਕਿ ਉਹ ਚੀਜ਼ਾਂ ਮੈਂ ਵੀ ਅਪਣਾ ਸਕਾਂ, ਨਰਿੰਦਰ ਕਿਉਂਕਿ ਬੀਬਾ ਨੂੰ ਸੁਣਦੇ ਆ ਤੁਸੀਂ? ਜੀ ਬਿਲਕੁਲ, ਵਧੀਆ ਸੁਣਦੇ ਬਿਲਕੁਲ। ਕੋਈ ਗਾਣਾ ਨਰਿੰਦਰ ਬੀਬਾ ਦਾ? ਜੀ, ਉਹਨਾਂ ਦਾ ਇੱਕ ਗਾਣਾ ਆ, ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ, ਸੋ ਉਹ ਮੈਂ ਸੁਣਾਉਂਦੀ ਹਾਂ। ਉਹ ਬਹੁਤ ਉਹੀ ਗੱਲ, ਕਿਉਂਕਿ ਉਹਨਾਂ ਦੀਆਂ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ ਸੀ, ਉਹ ਜਿਹੜੀਆਂ ਗਾਇਕਾਵਾਂ ਸੀ ਉਹਨਾਂ ਦੀਆਂ ਗੱਲਾਂ, ਪੁਰਾਣੇ ਜ਼ਮਾਨੇ ਦਾ ਮਿਊਜ਼ਿਕ, ਪੁਰਾਣੇ ਜ਼ਮਾਨੇ ਦੀ ਹਰ ਚੀਜ਼ ਹੀ ਬਹੁਤ ਸੋਹਣੀ ਸੀ। ਜੀ, ਸੋ ਕੀ ਕਹਿੰਦੇ ਆ, ਹੋ ਮੈਨੂੰ ਲੱਗਦਾ ਕੁਵਾਰਾ ਤੇਰਾ ਸਾਬ ਵੇ, ਨਹੀਂ ਤੇ ਛੁੱਟੀ ਤੋਂ ਦੇਂਦਾ ਨਾ ਜਵਾਬ ਵੇ, ਮੈਨੂੰ ਲੱਗਦਾ ਕੁਵਾਰਾ ਤੇਰਾ ਸਾਬ ਵੇ, ਨਹੀਂ ਤੇ ਛੁੱਟੀ ਤੋਂ ਦੇਂਦਾ ਨਾ ਜਵਾਬ ਵੇ, ਕਿਸੇ ਪੱਜ ਢੰਗ ਨਾਲ ਸਾਡਾ ਸਾਰਾ ਹਾਲ ਚਾਲ, ਕਿਸੇ ਪੱਜ ਢੰਗ ਨਾਲ ਸਾਡਾ ਸਾਰਾ ਹਾਲ ਚਾਲ, ਉਹਨੂੰ ਕਿਵੇਂ ਨਾ ਕਿਵੇਂ ਤੂੰ ਸਮਝਾ, ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ। ਤੁਹਾਡੀ ਆਵਾਜ਼ ਦੇ ਵਿੱਚ ਜਿਹੜਾ ਬਣ ਜਾਓ ਆਪਣੇ ਆਪ ਵਿੱਚ ਬਹੁਤ ਸੰਪੂਰਨ ਆ। ਅੱਛਾ, ਗਾਇਕੀ ਦੇ ਨਾਲ ਤੁਹਾਨੂੰ 7 ਕੁ ਮਹੀਨੇ ਹੋਏ ਹਨਾ, ਆਏ ਨੂੰ ਦੋ ਤੁਹਾਡੇ ਮੇਰਾ ਖਿਆਲ 4 ਕੁ ਮਹੀਨੇ ਦੇ ਵਕਫੇ ਨਾਲ 2 ਗੀਤ ਆਏ। ਜੀ ਬਿਲਕੁਲ। ਫਿਲਮਾਂ ਦੇ ਵਿੱਚ ਵੀ ਤੁਸੀਂ ਐਂਟਰੀ ਕਰ ਲਈ, ਬਹੁਤ ਘੱਟ ਦਰਸ਼ਕਾਂ ਨੂੰ ਪਤਾ ਹੋਊਗਾ ਤੁਸੀਂ ਸਿੱਪੀ ਗਿੱਲ ਦੇ ਨਾਲ ਗਦਰੀ ਯੋਧੇ ਫਿਲਮ ਉਹਨੇ ਸ਼ੂਟ ਕਰਕੇ ਹਟੇ ਹੋ, ਥੋੜ੍ਹਾ ਜਿਹਾ ਮੈਨੂੰ ਪਤਾ ਤੁਹਾਨੂੰ ਫਿਲਮ ਵਾਲਿਆਂ ਨੂੰ ਰੁਕਿਆ ਹੋਣਾ, ਹਾਲੇ ਬਹੁਤੀ ਗੱਲ ਨਹੀਂ ਕਰਨੀ, ਪਰ ਫਿਰ ਵੀ ਥੋੜ੍ਹਾ ਜਿਹਾ ਤੁਸੀਂ ਸਾਡੇ ਦਰਸ਼ਕਾਂ ਨਾਲ ਇਸ ਚੀਜ਼ ਬਾਰੇ ਸਾਂਝਾ ਕਰੋ। ਗਦਰੀ ਯੋਧੇ ਇੱਕ ਬਹੁਤ ਅੱਛਾ ਸਬਜੈਕਟ ਆ, ਰਿਐਲਿਟੀ ਬੇਸਡ। ਗਦਰੀ ਉਹਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਕਿ ਕਿਹੋ ਜਿਹੀ ਮੂਵੀ ਹੋਏਗੀ। ਸਬਜੈਕਟ ਬਹੁਤ ਅੱਛਾ ਹੈ, ਜਿਹੜੇ ਗਦਰੀ ਬਾਬੇ ਸੀਗੇ ਉਹਨਾਂ 'ਤੇ ਮੂਵੀ ਬਣੀ ਹੋਈ ਆ, ਸੋ ਇੰਨਾ ਕੀ ਦੱਸ ਸਕਦੀ ਹਾਂ। ਬਾਕੀ ਖਾਸ ਤਾਂ ਮੈਂ, ਇਹ ਫਿਲਮ ਕਿੱਦਾਂ ਮਿਲੀ ਤੁਹਾਨੂੰ ਬੇਸਿਕ, ਕਿੱਦਾਂ ਤੁਹਾਡੇ ਤੱਕ ਅਪਰੋਚ ਹੋਈ ਇਹ ਫਿਲਮ ਦੀ? ਆਈ ਡੋਂਟ ਥਿੰਕ ਸੋ ਕਿ ਇੱਕ ਚੀਜ਼ ਦੇ ਵਿੱਚ ਤੁਹਾਨੂੰ ਪੂਰਾ ਪੈਕੇਜ ਮਿਲਦਾ, ਮੈਨੂੰ ਨਹੀਂ ਲੱਗਦਾ ਪੂਰਾ ਪੈਕੇਜ ਇਨ ਦਾ ਸੈਂਸ, ਜਿਹਦੇ 'ਚ ਇੱਕ ਗਾਣੇ 'ਚ ਤੁਹਾਨੂੰ ਐਕਟਿੰਗ ਵੀ ਦੇਖਣ ਨੂੰ ਮਿਲੇ, ਐਕਸਪ੍ਰੈਸ਼ਨਸ ਵੀ ਦੇਖਣ ਨੂੰ ਮਿਲਣ, ਉਹਦਾ ਅੰਦਾਜ਼ ਵੀ ਦੇਖਣ ਨੂੰ ਮਿਲੇ, ਉਹਦਾ ਭੰਗੜਾ ਵੀ ਦੇਖਣ ਨੂੰ ਮਿਲੇ, ਠੀਕ ਹੈ, ਉਹਦੀ ਗਾਇਕੀ ਵੀ ਦੇਖਣ ਨੂੰ ਮਿਲੇ, ਇੰਨਾ ਜਦੋਂ ਸਾਰਾ ਕੁਝ, ਜਦੋਂ ਇੰਡਸਟਰੀ ਇੱਕ ਇਹੋ ਜਿਹੀ ਚੀਜ਼ ਆ, ਜਦੋਂ ਦੇਖਦੇ ਹੋ ਜਿਹੜੀ ਚੀਜ਼ ਅੱਛੀ ਲੱਗਦੀ, ਫਿਰ ਉਹ ਆਟੋਮੈਟਿਕਲੀ ਉਸ ਪ੍ਰੋਡਕਟ ਨੂੰ ਅਪਰੋਚ ਹੁੰਦੀ ਹੁੰਦੀ ਆ, ਸੋ ਉਸੇ ਤਰੀਕੇ ਨਾਲ ਉਹ ਮੇਰੇ ਤੱਕ ਪਹੁੰਚੇ ਤਾਂ ਮੈਨੂੰ ਵਧੀਆ ਲੱਗੀ, ਸੋ ਮੈਂ ਮੂਵੀ। ਅੱਛਾ, ਬੜਾ ਕੁਝ ਤੇਜ਼ੀ ਤੇਜ਼ੀ ਨਾਲ ਹੋ ਰਿਹਾ ਨਾ ਜੀ, ਨੀਂਦ ਪਹਿਲਾਂ ਵਾਂਗੂ ਵਧੀਆ ਆ ਰਹੀ ਕਿ ਨੀਂਦ ਥੋੜ੍ਹੀ ਡਿਸਟਰਬ ਹੋਈ ਆ? ਜਦੋਂ ਤੁਹਾਡੇ ਕੋਲ ਸ਼ੋਰਟ ਹੁੰਦੀ ਆ ਤੁਹਾਨੂੰ ਡਰ ਰਹਿੰਦਾ ਵੀ ਹਨਾ? ਮੈਂ ਨਹੀਂ, ਸ਼ੋਹਰਤ ਮੈਂ ਸਮਝਦੀ ਨਹੀਂ, ਹਲੇ ਤਾਂ ਸ਼ੋਹਰਤ ਨੂੰ ਬੜਾ ਟਾਈਮ ਆ, ਹਲੇ ਸ਼ੋਹਰਤ ਆਈ ਨਹੀਂ, ਨੀਂਦ ਤਾਂ ਬਹੁਤ ਸੋਹਣੀ ਆਉਂਦੀ ਆ, ਸਭ ਵਧੀਆ ਲੱਗਦਾ। ਕੀ ਬਣਨਾ ਚਾਹੁੰਦੇ ਜ਼ਿੰਦਗੀ ਦੇ ਵਿੱਚ, ਜਿੱਦਾਂ ਇਸ ਤਰੀਕੇ ਨਾਲ ਹੀ ਜੋ ਚੱਲ ਰਿਹਾ ਇਹਨੂੰ ਇਦਾਂ ਹੀ ਅੱਗੇ ਲੈ ਕੇ ਜਾਣਾ ਚਾਹੁੰਦੇ? ਨਹੀਂ, ਹਰ ਇੱਕ ਹੁਣ ਜਦੋਂ ਇਸ ਇੰਡਸਟਰੀ ਦੇ ਵਿੱਚ ਆਏ ਗਏ ਆ ਅਤੇ ਆਪਣੇ ਆਪ ਨੂੰ ਇੱਕ ਵਧੀਆ ਲੈਵਲ, ਇੱਕ ਵਧੀਆ ਜਗ੍ਹਾ 'ਤੇ ਦੇਖਣਾ ਚਾਹੁੰਦੀ ਹਾਂ। ਜਿਸ ਤਰ੍ਹਾਂ ਤੁਸੀਂ ਮੈਨੂੰ ਕਿਹਾ ਕਿ ਮੇਰਾ ਅਤੇ ਨਿਮਰਤ ਜੀ ਦਾ ਕੋਈ ਕੰਪੀਟੀਸ਼ਨ ਆ, ਹਾਲਾਂਕਿ ਮੈਂ ਕੋਈ ਕੰਪੀਟੀਸ਼ਨ ਨਹੀਂ ਮੰਨਦੀ ਇਸ ਚੀਜ਼ ਨੂੰ,
ਬਟ ਮੇਰੇ ਲਈ ਇਹ ਚੀਜ਼ ਸੁਣਨੀ ਬਹੁਤ ਵੱਡੀ ਆ, ਕਿਉਂਕਿ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਕਿ ਮੇਰਾ ਕਿਸੇ ਨਾਲ ਕੰਪੀਟੀਸ਼ਨ ਹੈਗਾ। ਸੋ ਇਹ ਦੇਖੋ ਕਿ ਉਹ ਇੱਕ ਇੰਨਾ, ਮੈਂ ਹਲੇ ਅੱਜ ਆਈ ਹਾਂ, ਦੋ ਗਾਣੇ ਆਏ ਨੇ ਮੇਰੇ ਹਲੇ, ਹੈ ਨਾ, ਅਤੇ ਮੈਂ ਕਿਸੇ ਦੇ ਕੰਪੀਟੀਸ਼ਨ 'ਚ ਵੀ ਖੜੀ ਹੋ ਗਈ ਹਾਂ, ਅਤੇ ਮੇਰੇ ਲਈ ਇਹ ਬਹੁਤ ਵੱਡੀ ਗੱਲ ਆ, ਕਿਉਂਕਿ ਸਿੰਗਰਸ ਤਾਂ ਹੋਰ ਵੀ ਬਹੁਤ ਨੇ, ਪਰ ਜਿੱਥੇ ਫਿਰ ਇੱਕ ਨਾਮ ਆ ਜਾਂਦਾ ਫਿਰ ਉੱਥੇ। ਆਖਰੀ ਸਵਾਲ, ਗਾਇਕੀ ਦੇ ਵਿੱਚ ਬਹੁਤ ਤਿਲਕਣਬਾਜ਼ੀ ਆ, ਬਿਲਕੁਲ, ਬਹੁਤ ਕੁੜੀਆਂ ਆ ਰਹੀਆਂ ਨੇ, ਹਰ ਕੁੜੀ 2 ਸਾਲ 4 ਸਾਲ ਇੰਡਸਟਰੀ ਤੇ ਰਾਜ ਕਰਦੀ ਹੈ, ਫਿਰ ਅਗਲੀ ਦੀ ਵਾਰੀ ਆ ਜਾਂਦੀ ਆ। ਮੈਂ ਚਾਹੁੰਦਾ ਵੀ ਤੁਹਾਨੂੰ ਲੰਬਾ ਸਮਾਂ ਮਿਲੇ ਗਾਇਕੀ ਦੇ ਵਿੱਚ, ਤੁਸੀਂ ਜਿੰਨਾ ਗਾਇਕਾਂ ਦੇ ਨਾਮ ਲੈਣੇ, ਰੱਬ ਤੁਹਾਨੂੰ ਉਹਨਾਂ ਗਾਇਕਾਂ ਵਾਂਗੀ ਪੂਰੀ ਉਮਰ ਪੂਰੀ ਜ਼ਿੰਦਗੀ ਲੋਕ ਤੁਹਾਨੂੰ ਯਾਦ ਰੱਖਣ। ਇਸ ਤਿਲਕਣਬਾਜ਼ੀ ਤੋਂ ਬਚਣ ਤੇ ਲੰਬਾ ਸਮਾਂ ਇਸ ਚੱਲਣ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਫਾਲੋ ਕਰ ਰਹੇ ਹੋ? ਸਭ ਤੋਂ ਪਹਿਲੇ ਤਾਂ ਮੈਂ ਮੇਰਾ ਮਿਊਜ਼ਿਕ 'ਤੇ ਹੀ ਇੰਨਾ ਉਹ ਮੈਂ ਹੋਲਡ ਰੱਖਣਾ ਚਾਹੁੰਦੀ ਹਾਂ, ਮੈਂ ਸਿੱਖ ਰਹੀ ਹਾਂ, ਕਿਉਂਕਿ ਟੂ ਬੀ ਵੈਰੀ ਫਰੈਂਕ, ਨਾ ਮੈਂ ਮਿਊਜ਼ਿਕ ਸਿੱਖਿਆ, ਨਾ ਹੀ ਮੈਨੂੰ ਇਸ ਦਾ ਪਤਾ ਸੀ ਕਿ ਮਿਊਜ਼ਿਕ ਸਿੱਖਿਆ ਵੀ ਜਾਂਦਾ। ਤੁਸੀਂ ਜਾਣਦੇ ਹੀ ਹੋ, ਯੂਟਿਊਬ 'ਤੇ ਵੀਡੀਓਜ਼ ਹਿੱਟ ਹੋਈਆਂ, ਮੇਰੇ ਕੋਲ ਔਫਰਸ ਆਈਆਂ, ਮੈਂ ਇਸ ਕੰਪਨੀ ਦੇ ਲਿੰਕ ਦੇ ਵਿੱਚ ਆਈ, ਠੀਕ ਹੈ, ਚਲੋ ਲੋਕਾਂ ਨੇ ਹੀ ਮੈਨੂੰ ਪਸੰਦ ਕੀਤਾ, ਲੋਕਾਂ ਨੇ ਪ੍ਰਵਾਨ ਕੀਤਾ, ਤਾਂ ਮੈਂ ਅੱਜ ਇੱਥੇ ਖੜੀ ਹਾਂ। ਸੋ ਪਰ ਇਹ ਨਹੀਂ ਆ ਕਿ ਜੇ ਉਦੋਂ ਨਹੀਂ ਸੀ ਤਾਂ ਅੱਜ ਦੀ ਤਰੀਕ 'ਚ ਮੈਂ ਉਸ ਮਿਹਨਤ ਦੇ ਨਾਲ ਹੀ ਆਪਣੇ ਆਪ ਨੂੰ ਅੱਗੇ ਵਧਾ ਰਹੀ ਹਾਂ। ਸੋ ਮਿਹਨਤ ਕਰ ਰਹੀ ਹਾਂ, ਅਤੇ ਮੈਂ ਮੈਨੂੰ ਪਤਾ ਹੈ ਕਿ ਜਿਹੜਾ ਇਨਸਾਨ ਮਿਹਨਤ ਦੇ ਨਾਲ ਚੱਲਦਾ ਹੈ ਕਿਤੇ ਨਾ ਕਿਤੇ ਜ਼ਰੂਰ ਪਹੁੰਚਦਾ। ਚਲੋ, ਜਾਂਦੇ ਜਾਂਦੇ ਕੋਈ ਐਸਾ ਗੀਤ ਜਿਹੜਾ ਤੁਸੀਂ ਅਕਸਰ ਇਕੱਲੇ ਬੈਠ ਕੇ ਜਾਂ ਤੁਹਾਡੇ ਖੂਨ 'ਚ ਰਸਿਆ ਹੋਇਆ ਗਾਣਾ, ਉਹ ਗੀਤ ਦੇ 2 ਬੋਲ ਬਸ। ਜੀ ਮੈਂ ਮਾਈਆ ਸੁਣਾ ਦਿੰਦੀ, ਕਿਉਂਕਿ ਮੈਨੂੰ ਮਾਈਆ ਗਾਉਣਾ ਬਹੁਤ ਵਧੀਆ ਲੱਗਦਾ। ਹੋ ਫੁੱਲ ਗਮਲੇ ਚ ਸੁੱਕ ਜਾਂਦੇ ਸੋਹਣਿਆ ਵੇ, ਫੁੱਲ ਗਮਲੇ ਚ ਸੁੱਕ ਜਾਂਦੇ ਜਿਹੜੇ ਬਹੁਤਾ ਹੱਸਦੇ ਚੰਨਾ ਵੇ, ਜਿਹੜੇ ਬਹੁਤਾ ਹੱਸਦੇ ਚੰਨਾ ਵੇ ਵਿੱਚੋਂ ਰੋ ਰੋ ਕੇ ਮੁੱਕ ਜਾਂਦੇ। ਸੁਨੰਦਾ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਜੀ। ਅਸੀਂ ਦੁਆ ਕਰਦਾ ਮੈਂ ਪਰਮਾਤਮਾ ਅੱਗੇ, ਜਿਹੜੀ ਤੁਹਾਡੀ ਗਾਇਕੀ ਦੇ ਸਫ਼ਰ ਆ ਹੋਰ ਜ਼ਿਆਦਾ ਲੰਬਾ ਚੱਲੇ, ਤੁਹਾਡੇ 2 ਗਾਣੇ ਆਏ ਨੇ ਤੇ ਥੋੜੇ ਟਾਈਮ ਬਾਅਦ ਤੁਹਾਡੇ 200 ਗਾਣੇ ਆਉਣ ਤੇ ਆਪਾਂ ਇੱਥੇ ਇੰਟਰਵਿਊ ਕਰਦੇ ਹੋਈਏ। ਬਿਲਕੁਲ ਜੀ, ਬਿਲਕੁਲ। ਸ਼ੁਕਰੀਆ ਤੁਹਾਡਾ ਸਾਡੇ ਨਾਲ ਗੱਲਬਾਤ। ਥੈਂਕ ਯੂ ਸੋ ਮੱਚ। ਥੈਂਕ ਯੂ।